ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਾਲੀਆ ਸੰਘਿਆਂ ਦੇ ਇੱਕ ਕਿਸਾਨ ਪਰਿਵਾਰ ਦੀ ਖੇਤੀਯੋਗ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਤੋਂ ਪਿੰਡ ਦੇ ਕੁਝ ਲੋਕਾਂ ਨੇ ਮੱਕੀ ਦੀ ਫਸਲ ਤੇ ਟਰੈਕਟਰ ਚਲਵਾ ਦਿੱਤਾ। ਸਾਰੀ ਘਟਨਾ ਨੂੰ ਅੰਜਾਮ ਦੇਣ ਵਿੱਚ ਕਪੂਰਥਲਾ ਥਾਣਾ ਸਦਰ ਦੇ ਅਧੀਨ ਆਂਦੀ ਚੌਂਕੀ ਕਾਲਾ ਸੰਘਿਆ ਦੇ ਇੰਚਾਰਜ ਗੁਰਦੇਵ ਸਿੰਘ ਤੇ ਸ਼ਮੂਲੀਅਤ ਹੋਣ ਦੇ ਆਰੋਪ ਲੱਗੇ, ਜਿਨ੍ਹਾਂ ਦੀ ਜਾਣਕਾਰੀ 71 ਸਾਲ ਮਨਜੀਤ ਅਤੇ ਉਨ੍ਹਾਂ ਦੇ ਬੇਟੇ ਤਰਲੋਕ ਸਿੰਘ ਨੇ ਕਪੂਰਥਲਾ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਵਾਰਤਾਲਾਪ ਦੇ ਦੌਰਾਨ ਦਿੱਤੀ। ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਵਾ ਤੇ ਹੁਣ ਮੁੰਡੇ ਦੀ ਜ਼ਮੀਨ ਆ, ਕਹਿੰਦੇ ਉੱਥੇ ਕਰਨਾ ਕਬਜ਼ਾ। ਅਸੀਂ ਗਰੀਬ ਬੰਦੇ ਆ, ਸਾਡੇ ਕੋਲ ਜ਼ਮੀਨ ਵੀ ਉਹੀ ਆ, ਮੇਰੇ ਕੋਲ ਤਾਂ ਕੁਝ ਹੈਗਾ ਵੀ ਨਹੀਂ। ਹੋਰ ਕਿੰਨੀ ਜ਼ਮੀਨ ਕਿੰਨੀ? 18 ਦਿਨਾਂ ਵਾਲਾ ਮਰਨੇ ਆ। ਮਨਜੀਤ ਕੌਰ ਨਾਂ ਦੀ ਲੇਡੀ ਹੈ, ਕਾਲੇ ਸੰਘਿਆ ਦੀ ਵਾਸੀ ਹੈ। 18 ਕਨਾਲ ਤੇ ਕੁਝ ਮਰਲੇ ਜ਼ਮੀਨ ਹੈ ਜਿਹੜੀ ਉਹਦੇ ਵੱਡ ਵਡੇਰਿਆਂ ਕੋਲ ਗਹਿਣੇ ਸੀ, ਪਰ ਹੁਣ ਤੱਕ ਉਹਦਾ ਕਬਜ਼ਾ ਸੀ। ਉਹਦੀ ਮੱਕੀ ਬੀਜੀ ਹੋਈ ਸੀ, ਦੂਸਰੀ ਧਰਮ ਨੇ ਜਿਹੜਾ ਜਾ ਕੇ ਉਹਦੀ ਬੀਜੀ ਹੋਈ ਮੱਕੀ ਨੂੰ ਵਾਹਤਾ ਤੇ ਉਹਨਾਂ ਨੇ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਔਰ ਉੱਥੇ ਜਿਹੜਾ ਕਬਜ਼ਾ ਕਰਨ ਦੀ ਨਜਾਇਜ਼ ਕਬਜ਼ਾ ਕਰਨ ਦਾ ਜਿਹੜਾ ਕੇਸ ਦਰਜ ਹੈ ਉਹਨਾਂ ਦੇ ਖਿਲਾਫ਼। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।